ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਸਾਰੇ ਦਰਸ਼ਕਾਂ ਦਾ ਔਰ RS ਗਲੋਬਲ ਸਕੂਲ ਆਫ ਲੈਂਗੁਏਜਸ ਤੋਂ ਅੱਜ ਸਾਡੇ ਨਾਲ ਪੁੰਨਵੀਰ ਸਿੰਘ ਹਾਜ਼ਰ ਨੇ। ਸੋ ਅੱਜ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਗ੍ਰਾਮਰ ਕਲਾਸਿਸ ਕਿਸ ਤਰ੍ਹਾਂ ਉਹ ਦਿੰਦੇ ਨੇ ਆਪਣੇ ਸਕੂਲ ਦੇ ਵਿੱਚ, ਆਪਣੇ RS ਗਲੋਬਲ ਸਕੂਲ ਆਫ ਲੈਂਗੁਏਜ ਦੇ ਵਿੱਚ ਗ੍ਰਾਮਰ ਦਾ ਕੀ ਰੋਲ ਹੁੰਦਾ ਹੈ IELTS ਦੇ ਵਿੱਚ, IELTS ਦੇ ਬੈਂਡਸ ਦੇ ਵਿੱਚ ਔਰ IELTS ਕਰੈਕ ਕਰਨ ਦੇ ਵਿੱਚ। ਫੀਸ ਕੀ ਚਾਰਜ ਕਰਦੇ ਨੇ, ਆਫ ਦੀ ਰਿਕਾਰਡ ਪਤਾ ਲੱਗਿਆ ਸੀ ਕਿ ਸ਼ਾਇਦ ਫ੍ਰੀ ਆਫ ਕੋਸਟ ਜਿਹੜੇ IELTS ਕਰਵਾ ਰਹੇ ਨੇ, ਸੋ ਫ੍ਰੀ ਆਫ ਕੋਸਟ IELTS ਕਿਵੇਂ ਕਰਵਾ ਸਕਦੇ ਨੇ ਉਹਦੇ ਬਾਰੇ ਵੀ ਥੋੜ੍ਹੀ ਇਨਫੋਰਮੇਸ਼ਨ ਲਵਾਂਗੇ। ਸੋ ਪੁੰਨੇਵੀਰ ਜੀ, ਗ੍ਰਾਮਰ ਦਾ ਕੀ ਰੋਲ ਹੁੰਦਾ IELTS ਦੇ ਵਿੱਚ? ਮੈਂ IELTS ਦੀ ਇਕੱਲੀ ਗੱਲ ਨਹੀਂ ਕਰਾਂਗਾ, IELTS ਇੱਕ ਇੰਗਲਿਸ਼ ਰੋਲ ਹੈ, IELTS ਇੱਕ ਇੰਗਲਿਸ਼ ਦਾ ਸਬਜੈਕਟ ਹੈ। ਸੋ ਗ੍ਰਾਮਰ ਇਜ਼ ਦਾ ਬੇਸਿਕ, ਗ੍ਰਾਮਰ ਇੱਕ ਬੇਸ ਆ IELTS ਦਾ, ਨਹੀਂ ਇੰਗਲਿਸ਼ ਦਾ, ਰਾਈਟ? ਸੋ ਉਸ ਬੇਸ ਨੂੰ ਸਟਰੋਂਗ ਕਰਨ ਲਈ ਗ੍ਰਾਮਰ ਸਟਰੋਂਗ ਹੋਣੀ ਚਾਹੀਦੀ ਹੈ। ਗ੍ਰਾਮਰ ਹੁਣ ਰਟਾਈ ਨਹੀਂ ਜਾਂਦੀ, ਗ੍ਰਾਮਰ ਨੂੰ ਰੱਟਾ ਨਹੀਂ ਮਾਰ ਸਕਦੇ, ਗ੍ਰਾਮਰ ਨੂੰ ਆਪਾਂ ਸਮਝ ਸਕਦੇ ਹਾਂ, ਗ੍ਰਾਮਰ ਨੂੰ ਅੰਡਰਸਟੈਂਡ ਕਰਕੇ ਕਰ ਸਕਦੇ ਹਾਂ। ਸਭ ਤੋਂ ਪਹਿਲੇ ਦਿਨ ਜਦੋਂ ਸਾਡੇ ਇੰਸਟੀਟਿਊਟ 'ਚ ਇੱਕ ਬੱਚਾ ਆਉਂਦਾ, ਅਸੀਂ ਉਹਨੂੰ ਸਿੱਧਾ ਗ੍ਰਾਮਰ ਨਹੀਂ ਦਿੰਦੇ, ਅਸੀਂ ਸਿੱਧਾ ਉਹਨੂੰ ਇੰਗਲਿਸ਼ ਨਹੀਂ ਦਿੰਦੇ, ਰਾਈਟ? ਅਸੀਂ ਸਭ ਤੋਂ ਪਹਿਲਾਂ ਉਹਨੂੰ ਕੰਫਰਟ ਜ਼ੋਨ 'ਚ ਲੈ ਕੇ ਆਈਦਾ। ਅਗਰ ਇੱਕ ਬੱਚਾ ਕੰਫਰਟ ਜ਼ੋਨ 'ਚ ਹੋਏਗਾ, ਫਿਰ ਹੀ ਉਹ ਕੁਛ ਆਪਣੀ ਇੰਸਟੀਟਿਊਟ ਬਾਰੇ, ਕੁਛ ਆਪਣੀ IELTS ਬਾਰੇ ਜਾਣ ਸਕੇਗਾ, ਇੰਗਲਿਸ਼ ਬਾਰੇ ਜਾਣ ਸਕੇਗਾ। ਅਗਰ ਅਸੀਂ ਉਹਨੂੰ ਆਉਂਦੇ ਇੰਗਲਿਸ਼ 'ਚ ਗੱਲ ਕਰਨਾ ਸਿੱਖ ਜਾ, ਇੰਗਲਿਸ਼ 'ਚ ਗੱਲ ਕਰੀ ਜਾਵਾਂਗੇ, ਉਹਦੀ ਬੇਸਿਕ ਮਦਰ ਟੰਗ ਕੁਛ ਹੋਰ ਹੈ, ਰਾਈਟ? ਉਹ ਕਦੀ ਵੀ ਕਮਿਊਨੀਕੇਟ ਨਹੀਂ ਕਰ ਪਾਏਗਾ, ਹਮੇਸ਼ਾ ਹੈਜੀਟੇਟ ਕਰੇਗਾ, ਕਦੀ ਕੋਈ ਆਪਣੀ ਗੱਲ ਨਹੀਂ ਸ਼ੇਅਰ ਕਰੇਗਾ ਕਰ ਪਾਏਗਾ ਕਿ ਉਹਨੂੰ ਪ੍ਰੋਬਲਮਸ ਕਿੱਥੇ ਆ ਰਹੀਆਂ ਐਂਡ ਕਿਉਂ ਉਹਦਾ ਡਿਜ਼ਾਇਰਡ ਬੈਂਡ ਨਹੀਂ ਆ ਪਾ ਰਹੇ। ਜੀ, ਸੋ ਗ੍ਰਾਮਰ ਕਲਾਸਿਸ ਦਾ ਤੁਸੀਂ ਕਿੰਨਾ ਕੁ ਜ਼ੋਰ ਲਗਾਉਂਦੇ ਹੋ, ਔਰ ਜਲੰਧਰ ਦੇ ਬਹੁਤ ਸਾਰੇ ਇੰਸਟੀਟਿਊਟ ਇਹੋ ਜਿਹੇ ਨੇ ਜਿਹੜੇ ਗ੍ਰਾਮਰ ਕਲਾਸ ਦੇਣ ਲਈ ਐਕਸਟਰਾ ਚਾਰਜ ਕਰ ਰਹੇ ਨੇ? ਕੀ RS ਗਲੋਬਲ ਸਕੂਲ ਆਫ ਲੈਂਗੁਏਜ ਕੁਛ ਗ੍ਰਾਮਰ ਲਈ ਐਕਸਟਰਾ ਚਾਰਜ ਕਰ ਰਹੇ? ਗ੍ਰਾਮਰ ਲਈ ਹੀ ਨਹੀਂ, ਮੈਂ ਕਹਾਂਗਾ RS ਗਲੋਬਲ ਸਕੂਲ ਆਫ ਲੈਂਗੁਏਜਿਸ IELTS ਲਈ ਚਾਰਜ ਹੀ ਨਹੀਂ ਕਰ ਰਹੇ। ਓਕੇ, ਤੁਸੀਂ ਕੁਛ ਚਾਰਜ ਨਹੀਂ ਕਰਦੇ? ਨਹੀਂ, IELTS ਲਈ ਚਾਰਜ ਨਹੀਂ ਕਰ ਰਹੇ। ਸੋ ਕੀ ਪੋਸੀਬਿਲਿਟੀ ਕਿਵੇਂ, ਫਿਰ ਫ੍ਰੀ IELTS ਕਿਵੇਂ ਕਰਵਾ ਰਹੇ ਹੋ, ਸਰਵਾਈਵ ਕਿਵੇਂ ਕਰ ਰਹੇ ਹੋ? ਫ੍ਰੀ IELTS ਇੱਦਾਂ ਅਸੀਂ ਕਰਾ ਰਹੇ ਹਾਂ, ਲਾਈਕ ਇਹਨਾਂ ਤੋਂ ਬਾਕੀ ਜਿਹੜੇ ਨੰਬਰ 1 ਇੰਸਟੀਟਿਊਟ ਹੈ ਜਲੰਧਰ ਦੇ, ਉਹ ਜਿੰਨੀ ਵੀ ਫੀਸ ਲੈਂਦੇ ਆ, ਅਸੀਂ ਉਹਨਾਂ ਤੋਂ 50% ਫੀਸ ਕੱਟ ਲੈਂਦੇ ਹਾਂ। ਉਹਨੂੰ ਅਸੀਂ ਫ੍ਰੀ 'ਚ ਕਿੱਦਾਂ ਗਿਣ ਸਕਦੇ ਹਾਂ? ਜਿੰਨੀ ਵੀ ਇੱਥੇ ਫੀਸ ਲਿੱਤੀ ਜਾਂਦੀ ਹੈ, ਉਹਨੂੰ ਅਸੀਂ ਆਪਣੀ ਇਮੀਗ੍ਰੇਸ਼ਨ ਆਫਿਸ ਦੇ ਵਿੱਚ ਇਮਰਜ ਕਰ ਲੈਂਦੇ ਹਾਂ। ਜਿੰਨੇ ਵੀ ਫਾਈਲ 'ਚ ਪੈਸੇ ਲਿੱਤੇ ਜਾਂਦੇ ਆ, ਉਹਦੇ ਵਿੱਚ ਸਾਰੇ ਪੈਸੇ ਐਡਜਸਟ ਹੋ ਜਾਂਦੇ ਆ, ਉਹਨਾਂ ਕੋਲ ਫਾਈਲ ਦੇ ਵਿੱਚ ਫਿਰ ਐਕਸਟਰਾ ਚਾਰਜ ਨਹੀਂ ਲਿੱਤੇ ਜਾਂਦੇ। ਅਗਰ ਉਹਨਾਂ ਤੋਂ IELTS ਦੇ ਵਿੱਚ ਲਿੱਤੇ ਜਾਂਦੇ ਆ, ਉਹ ਸਾਰੇ ਜਾ ਕੇ ਇਮੀਗ੍ਰੇਸ਼ਨ ਆਪਣੀ RS ਗਲੋਬਲ ਇਮੀਗ੍ਰੇਸ਼ਨ ਦੇ ਵਿੱਚ ਇਮਰਜ ਹੋ ਜਾਂਦੇ ਆ। ਇਸ ਕਰਕੇ ਉਹਨਾਂ ਕੋਲ IELTS ਦੇ ਪੈਸੇ, ਅਸੀਂ ਮੈਂ ਇਹੀ ਕਹਾਂਗਾ ਕਿ ਉਹ IELTS ਫ੍ਰੀ ਕਰ ਰਹੇ ਆ। ਜੀ, ਔਰ ਜਦੋਂ IELTS ਦਾ ਐਗਜ਼ਾਮ ਕਰੈਕ ਕਰਨਾ ਹੁੰਦਾ, ਬਹੁਤ ਸਾਰੇ ਡਿਫਰੈਂਟ ਆਈਡੀਆਜ਼ ਚਾਹੀਦੇ ਹੁੰਦੇ ਸਟੂਡੈਂਟਸ ਲਈ, ਸੋ ਇਹ ਆਈਡੀਆਜ਼ ਕਿਵੇਂ ਜਨਰੇਟ ਕਰਦੇ ਸਟੂਡੈਂਟਸ ਲਈ? ਆਈਡੀਆਜ਼ ਜਨਰੇਟ ਕਰਨ ਲਈ ਸਿਰਫ ਇੱਕੋ ਆ ਸਾਡੇ ਇੱਥੇ, ਅਸੀਂ ਕਲਾਸਿਸ ਨੂੰ ਡਿਵਾਈਡ ਕੀਤਾ ਗਿਆ ਐਜ਼ ਪਰ ਬੱਚੇ ਦੀ ਕੈਪੇਬਿਲਿਟੀ ਦੇ। ਅਗਰ ਇੱਕ ਬੱਚਾ ਥੋੜ੍ਹਾ ਘੱਟ ਕੈਪੇਬਲ ਆ, ਉਹਨੂੰ ਇੱਕ ਆਪਾਂ ਅਲੱਗ ਕਲਾਸ ਦੇ ਕੇ ਅਲੱਗ ਅਟੈਂਸ਼ਨ ਦਿੰਦੇ ਹਾਂ। ਅਗਰ ਇੱਕ ਬੱਚਾ ਜ਼ਿਆਦਾ ਕੈਪੇਬਲ ਆ, ਅਸੀਂ ਉਹਨੂੰ ਅੱਛੇ ਆਈਡੀਆਜ਼ ਦਿੰਦੇ ਹਾਂ, ਦੇ ਆਰ ਵੈਰੀ ਗੁੱਡ ਟ੍ਰੇਨਰਸ, ਐਕਸਪੀਰੀਅੰਸ ਟ੍ਰੇਨਰਸ, ਸੋ ਉਹ ਉਹਨਾਂ ਨੂੰ ਗਾਈਡ ਕਰਦੇ ਆ, ਆਪਣੇ ਖੁਦ ਦੇ ਵਿਚਾਰ, ਆਪਣੇ ਖੁਦ ਦੇ ਐਕਸਪੀਰੀਅੰਸਿਸ ਦਿੰਦੇ ਆ, ਵੋਕੈਬਲਰੀ ਦਿੰਦੇ ਆ। ਹੁਣ ਅਸੀਂ ਵੋਕੈਬਲਰੀ ਨੂੰ ਰਟਾਈਦਾ ਨਹੀਂ ਹੈ। ਬਹੁਤ ਸਾਰੇ ਇੰਸਟੀਟਿਊਟ 'ਚ ਕੀ ਕੀਤਾ ਜਾਂਦਾ ਹੈ, ਵੱਡੇ ਵੱਡੇ ਨੋਟਸ ਦਿੱਤੇ ਜਾਂਦੇ ਆ, ਵੋਕੈਬਲਰੀ ਛਾਪ ਕੇ ਉਹਨਾਂ ਨੂੰ ਬੱਚਿਆਂ ਨੂੰ ਦਿੱਤੇ ਜਾਂਦੇ ਆ ਕਿ ਰੱਟੇ ਮਾਰੋ। ਦੈਟ ਇਜ਼ ਨੋਟ ਅ ਵੇ ਟੂ ਲਰਨ ਵੋਕੈਬਲਰੀ। A way to learn vocabulary is just simple, which I believe ke ek bahut vadhiya way hai. Main ye bhi nahi kahunga ki newspaper padho, main bilkul insist nahi karanga. Agar ek bachcha IELTS karan aanda, oh reading kar reha, ode vich ohna nu koi word nahi samajh lag rahe, heavy words lagde ohna nu, right? Ohna nu main insist karda ki ek alag notebook lao, oh words nu ode vich likho. ਜਦੋਂ ਉਹ ਵਰਡਸ ਨੂੰ ਉਹਦੇ 'ਚ ਲਿਖਣਗੇ, ਘਰ ਜਾ ਕੇ ਮੈਂ ਉਹਨਾਂ ਨੂੰ ਕਹਿੰਦਾ ਉਹਨਾਂ ਦਾ ਮੀਨਿੰਗ ਉਹਦੇ 'ਤੇ ਲਿਖੋ। ਜਦੋਂ ਇੱਕ ਬੱਚਾ ਖੁਦ ਉਸ ਵਰਡ ਦਾ ਮੀਨਿੰਗ ਲਿਖੇਗਾ, ਉਹਨੂੰ ਕਦੀ ਉਹ ਵਰਡ ਭੁੱਲੇਗਾ ਨਹੀਂ। ਪੰਜਾਬੀ 'ਚ ਲਿਖੇ, ਇੰਗਲਿਸ਼ ਲਿਖੇ, ਦੈਟ ਇਜ਼ ਅਪ ਟੂ ਦ ਸਟੂਡੈਂਟ। ਉਹ ਕਦੀ ਉਸ ਬੱਚਾ ਉਹਨੂੰ ਵਰਡ ਨੂੰ ਭੁੱਲੇਗਾ ਨਹੀਂ, ਪਹਿਲਾ ਗੱਲ ਇਹ। ਸੈਕਿੰਡ ਗੱਲ ਇਹ ਜਿਹੜੀ ਬਹੁਤ ਇੰਪੋਰਟੈਂਟ ਹੈ, ਉਹ ਹੈ ਕਿ ਉਹ ਇੱਕ ਬੱਚੇ ਦੀ ਖੁਦ ਦੀ ਆਪਣੀ ਡਿਕਸ਼ਨਰੀ ਬਣ ਜਾਏਗੀ। ਔਰ ਜਦੋਂ ਬੱਚਾ ਤੁਹਾਡੇ ਕੋਲ ਆਉਂਦਾ ਹੈ, ਬਹੁਤ ਸਾਰੀ ਉਮੀਦ ਲੈ ਕੇ ਆਉਂਦਾ, ਬਹੁਤ ਸਾਰੇ ਬੱਚੇ ਪੰਜਾਬ ਦੇ ਵਿੱਚ 5.5 ਤੋਂ ਰਿਫਿਊਜ਼ ਹੋ ਗਏ ਕੈਨੇਡਾ ਤੋਂ, 5.5 ਤੋਂ 6 ਬੈਂਡ ਜਾਂ 6.5 ਬੈਂਡ ਤੱਕ ਲੈ ਕੇ ਜਾਣਾ ਕਿੰਨਾ ਚੈਲੇਂਜਿੰਗ ਹੈ ਤੁਹਾਡੇ ਲਈ? ਚੈਲੇਂਜਿੰਗ, ਮੈਂ ਚੈਲੇਂਜਿੰਗ ਤਾਂ ਨਹੀਂ ਕਹਾਂਗਾ, ਅਸੀਂ ਟਿਪਸ ਦਿੰਦੇ ਹਾਂ, ਸਟ੍ਰੈਟਜੀਜ਼ ਦਿੰਦੇ ਹਾਂ ਜਿਹੜੀ ਕਿ ਮੋਸਟ ਆਫ ਦ ਸਟੂਡੈਂਟਸ ਨੂੰ ਵਰਕ ਕਰਦੀਆਂ, ਅੱਛੀ ਟਿਪਸ ਐਂਡ ਅੱਛੀ ਸਟ੍ਰੈਟਜੀਜ਼, ਰਾਈਟ? ਇੱਦਾਂ ਨਹੀਂ ਕਿ ਕੋਈ ਰਟੀਆਂ ਰਟਾਈਆਂ ਲਿਖੀਆਂ ਹੋਈਆਂ ਟਿਪਸ ਐਂਡ ਲਿਖੇ ਹੋਏ ਨੋਟਸ ਜਿਹਨਾਂ ਨੂੰ ਲਰਨ ਕਰਨ ਅਤੇ IELTS ਕਰੈਕ ਕਰਨ, ਨੋ, ਨੋਟ ਲਾਈਕ ਦੈਟ। ਅੱਛੀਆਂ ਟਿਪਸ ਜਿਹੜੀ ਕਿ ਉਹ ਸਮਝ ਸਕਣ, ਆਪਣੇ ਲੈਵਲ ਦੇ ਹਿਸਾਬ ਨਾਲ ਉਹਨੂੰ ਟਿਪਸ ਦਿੱਤੀਆਂ ਜਾਂਦੀਆਂ। ਅਗਰ ਇੱਕ ਬੱਚਾ ਥੋੜ੍ਹਾ ਵੀਕ ਆ, ਉਹਨੂੰ ਉਸ ਵੇ ਦੇ ਨਾਲ ਟਿਪਸ ਦਿੱਤੀਆਂ ਜਾਂਦੀਆਂ, ਉਹਨੂੰ ਉਸ ਵੇ ਦੇ ਨਾਲ ਕੰਫਰਟ ਜ਼ੋਨ 'ਚ ਲੈ ਕੇ ਆਇਆ ਜਾਂਦਾ ਤਾਂ ਕਿ ਉਹ IELTS ਕਰੈਕ ਕਰ ਸਕੇ। ਜੀ, ਸੋ ਪੁੰਨਵੀਰ ਸਿੰਘ ਸਾਡੇ ਨਾਲ ਗੱਲਬਾਤ ਕਰ ਰਹੇ ਸੀ RS ਗਲੋਬਲ ਸਕੂਲ ਆਫ ਲੈਂਗੁਏਜਸ ਤੋਂ। ਕਿਸੇ ਵੀ ਤਰ੍ਹਾਂ ਦੀ ਕੋਈ IELTS ਸੰਬੰਧੀ ਇਨਫੋਰਮੇਸ਼ਨ ਚਾਹੁੰਦੇ ਹੋ, IELTS ਦੇ 4 ਮੋਡਿਊਲਸ ਵਿੱਚੋਂ ਕੋਈ ਵੀ ਮੋਡਿਊਲ ਤੁਹਾਨੂੰ ਲੱਗਦਾ ਕਿ ਤੁਸੀਂ ਨਹੀਂ ਠੀਕ ਤਰ੍ਹਾਂ ਕਰ ਪਾ ਰਹੇ, ਬਹੁਤ ਸਾਰੇ ਸਟੂਡੈਂਟ ਇਹੋ ਜਿਹੇ ਜਿਹਨਾਂ ਦੇ 6.5 ਬੈਂਡਸ ਆ ਜਾਂ 7 ਬੈਂਡਸ ਆ, ਇੱਕ ਮੋਡਿਊਲ 'ਚੋਂ 5 ਜਾਂ 5.5 ਬੈਂਡ ਰਹਿ ਗਏ। ਆਪਾਂ ਇਹ ਨਹੀਂ ਕਹਾਂਗੇ ਉਹਨਾਂ ਨੂੰ IELTS ਨਹੀਂ ਕਰਨੀ ਆਉਂਦੀ, ਇਹਨਾਂ ਨੂੰ IELTS ਕਰੈਕ ਨਹੀਂ ਕਰਾਉਂਦਾ, ਕਿਤੇ ਨਾ ਕਿਤੇ ਛੋਟੀ ਛੋਟੀ ਕਮੀਆਂ ਰਹਿ ਜਾਂਦੀਆਂ ਨੇ। ਉਹ ਕਮੀਆਂ ਕਿਵੇਂ ਦੂਰ ਕੀਤੀਆਂ ਜਾ ਸਕਦੀਆਂ ਨੇ, ਉਸ ਬਾਰੇ ਤੁਸੀਂ RS